ਬਿਲਕੁਲ ਫੇਲ ਪਾਰਟੀ ਉਹ ਜੋ ਪਿਛਲੀਆਂ ਸਰਕਾਰਾਂ ਨੂੰ ਆਪਾਂ ਨਿੰਦੇ ਸੀ ਉਹੀ ਕੁਛ ਇਹ ਆ ਮੈਂ ਇੱਕ ਮੇਰਾ ਛੋਟਾ ਜਿਹਾ ਕੰਮ ਸੀ ਪਰਪਟਵਾਰੀ ਕਹਿੰਦਾ ਵੀ ਪੈਸੇ ਤੋਂ ਬਗੈਰ ਨਹੀਂ ਹੋਣਾ ਅੱਛਾ ਛੋਟਾ ਜਿਹਾ ਕੰਮ 10000 ਰੁਪਏ ਦੇ ਕੇ ਮੈਂ ਕੰਮ ਕਰਾਇਆ ਹੁਣ ਪੰਜਾਬ ਦੀ ਸਿਆਸਤ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਕੀ ਚੱਲਦਾ ਹੈ ਬਾਲੀ ਵਧੀਆ ਨਹੀਂ ਹੈ ਉਸ ਤੋਂ ਬਚਣਾ ਚੰਗਾ ਪੰਜਾਬ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਆ ਤੇ ਰੇਡੀਓ ਵੀ ਸੁਣਦੇ ਆ ਰੇਡੀਓ ਜੀ 24 ਘੰਟੇ ਸੁਣਦੇ ਆ ਪੰਜਾਬੀ ਰੇਡੀਓ ਜੁਐਸ ਬਹਿ ਜਾ ਬਹਿ ਜਾ ਧੰਨਵਾਦ ਪੰਜਾਬੀ ਰੇਡੀਓ ਯੂਐਸਏ ਦੇ ਤੇ ਇੱਕ ਵਾਰ ਫੇਰ ਸਵਾਗਤ ਹੈ ਆਪਾਂ ਮੰਟੀਕੇ ਦੇ ਮੇਲੇ ਦੇ ਵਿੱਚ ਆ ਇੱਥੇ ਆਪਣੇ ਨਾਲ ਕੁਝ ਬਜ਼ੁਰਗ ਜੜੇ ਆ ਉਹ ਆਪਣੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਮੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਮੇਰਾ ਨਾਮ ਅਮਰਜੀਤ ਸਿੰਘ ਤੁਹਾਡਾ ਨਾਮ ਵਰਸੇਮ ਸਿੰਘ ਜੀ ਸੋ ਅਮਰਜੀਤ ਸਿੰਘ ਜੀ ਵਿਸਾਖੀ ਦੇ ਮੇਲੇ ਤੇ ਆਏ ਆ ਮੰਟੀਕੇ ਦੇ ਵਿੱਚ ਕਿਦਾਂ ਦਾ ਲੱਗਦਾ ਹਰ ਸਾਲ ਆਉਂਦੇ ਆ ਵਧੀਆ ਜੀ ਅਸੀਂ 2015 ਜੇ ਆਏ ਸੀ ਇੰਡੀਆ ਤੋਂ ਠੀਕ ਆ ਆ ਤੀਜਾ ਚੌਥਾ ਮੇਲਾ ਸਾਡਾ ਬਹੁਤ ਮਨ ਨੂੰ ਸਕੂਨ ਆਉਂਦਾ ਦੇਖ ਕੇ ਵਿਸਾਖੀ ਤੇ ਰੇਡੀਓ ਵੀ ਸੁਣਦੇ ਆ ਰੇਡੀਓ ਜੀ 24 ਘੰਟੇ ਸੁਣਦੇ ਆ ਪੰਜਾਬੀ ਰੇਡੀਓ ਜੀ ਯੂ ਐਸ ਬੈ ਜਾ ਬੈ ਜਾ ਧੰਨਵਾਦ ਥੈਂਕ ਯੂ ਤੇ ਅੱਜ ਬਜ਼ੁਰਗੋ ਤੁਸੀਂ ਦੱਸੋ ਵੀ 15 ਤੋਂ ਤੁਸੀਂ ਇੱਥੇ ਆਏ ਆ ਹੁਣ ਦੇਖਦੇ ਆ ਪੰਜਾਬ ਨੂੰ ਮਿਸ ਕਰਦੇ ਆ ਜਾਂ ਇੱਥੇ ਕਿਉਂਕਿ ਰੌਣਕ ਬਹੁਤ ਆ ਵੀ ਠੀਕ ਆ ਆਈ نو ਮਿਸ ਤਾਂ ਕਰਦਾ ਹੀ ਆ ਬੰਦਾ ਪੰਜਾਬ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਆ ਥੋੜਾ ਜਿਹਾ ਅਸੀਂ ਪੋਲਟੈਕ ਟਿਚ ਵੀ ਰਹੇ ਆ ਠੀਕ ਆ ਇਸ ਕਰਕੇ ਅਸੀਂ ਪੰਜਾਬ ਨੂੰ ਜ਼ਿਆਦਾ ਮਿਸ ਕਰਦੇ ਤਾਂ ਇੱਥੇ ਬੱਚੇ ਆ ਇੱਥੇ ਵੀ ਕਰਦੇ ਆ ਸੋ ਹੁਣ ਪੰਜਾਬ ਦੀ ਸਿਆਸਤ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਕੀ ਚੱਲਦਾ ਹੈ ਪੰਜਾਬ ਦੀ ਸਿਆਸਤ ਜਿਹੜੀ ਆ ਬਹੁਤ ਗੁੰਝਲ ਹੋ ਚੁੱਕੀ ਆ ਵਾਲੀ ਵਧੀਆ ਨਹੀਂ ਹੈ ਉਸ ਤੋਂ ਬਚਣਾ ਚੰਗਾ ਜਿੱਦਾਂ ਹੁਣ ਇੱਥੇ ਬਾਹਰ ਲਿਆਨੇ ਵੀ ਬੜਾ ਜ਼ੋਰ ਲਾਇਆ ਵੀ ਇੱਕ ਨਵੀਂ ਪਾਰਟੀ ਨੂੰ ਮੌਕਾ ਦਈਏ ਸਾਰਾ ਕੁਝ ਹੋਇਆ ਚਲੋ ਦੇ ਵੀ ਦਿੱਤਾ ਹੁਣ ਉੱਥੋਂ ਦੇ ਲੋਕਾਂ ਨੂੰ ਮੌਕਾ ਕਿੱਦਾਂ ਲੱਗਦਾ ਵੀ ਕੁਝ ਸੁਧਾਰ ਹੋ ਸਕਦਾ ਕੋਈ ਸੁਧਾਰ ਨਹੀਂ ਬਿਲਕੁਲ ਫੇਲ ਹੈ ਜੀ ਬਿਲਕੁਲ ਫੇਲ ਪਾਰਟੀ ਆ ਉਹ ਜੋ ਪਿਛਲੀਆਂ ਸਰਕਾਰਾਂ ਨੂੰ ਆਪਾਂ ਨਿੰਦੇ ਸੀ ਉਹੀ ਕੁਛ ਇਹ ਆ ਵਾਲਾ ਜਾਦਾ ਯੌਦੂ ਘਟਨੀ ਹੈ ਅੱਛਾ ਜਿਆਦਾ ਸੁਧਾਰ ਵਧੀਆ ਨਹੀਂ ਹੈ ਜੋ ਪਿੱਛੇ ਚੱਲ ਰਿਹਾ ਉਹ ਹੀ ਅੱਗੇ ਚੱਲ ਰਿਹਾ ਆ ਮੈਂ ਇੱਕ ਮੇਰਾ ਛੋਟਾ ਜਿਹਾ ਕੰਮ ਸੀ ਹਾਂ ਹਾਂ ਤਹਿਸੀਲਦਾਰ ਦੇ ਮੈਨੂੰ ਹਾਲਾਂਕਿ ਵਾਕ ਵੀ ਸੀ ਪਰ ਪਟਵਾਰੀ ਕਹਿੰਦਾ ਵੀ ਪੈਸੇ ਤੋਂ ਬਗੈਰ ਨਹੀਂ ਹੋਣਾ ਅੱਛਾ ਛੋਟਾ ਜਿਹਾ ਕੰਮ 10000 ਰੁਪਏ ਦੇ ਕੇ ਮੈਂ ਕੰਮ ਕਰਾਇਆ ਪਰ ਉਹ ਤਾਂ ਕਹਿੰਦੇ ਵੀ ਆਪਾਂ ਬੜਾ ਪਾਰਦਰਸ਼ਤਾ ਬੜਾ ਕੁਝ ਕਰ ਬਸ ਉਹ ਅਖਬਾਰਾਂ ਜੋ ਆ ਮੀਡੀਆ ਚੋਂ ਆ ਉਹਦੇ ਆਪ ਲਈ ਜਾਣਦੇ ਆ ਤੇ ਪਟਵਾਰੀਆਂ ਉਹ ਕਿਤਰਾ ਲੈਣਗੇ ਅਖਬਾਰਾਂ ਚ ਤਾਂ ਮੀਡੀਆ ਚ ਹੀ ਆ अच्छा लेकिन ग्राउंड ਤੇ ਵੀ ਤੁਸੀਂ ਬੈਚ ਜਦੋਂ ਫੀਲਡ ਦੇ ਵਿੱਚ ਜਾਂਦੇ ਆ ਫਿਰ ਪਤਾ ਲੱਗਦਾ ਵੀ ਕੀ ਚੀਜ਼ ਆ ਹੁਣ ਵੇਖੋ ਕਿਹੜਾ ਨਵਾਂ ਗੰਦ ਘੋਲਿਆ ਉਹ ਸਾਰਿਆਂ ਨੂੰ ਸ਼ਲਮਸਾਰ ਕਰਨ ਵਾਲੀ ਜੀ ਚਲੋ ਕੋਈ ਨਹੀਂ ਜੀ ਹੁਣ ਸਸੀਆਂ ਲੋਕਾਂ ਦੀਆਂ ਉਹ ਫੇਲ ਹੋਈਆਂ ਚਲੋ ਆਪਾਂ ਇੱਥੇ ਆਏ ਹੁਣ ਵਡਵਡ ਪਾਰਕ ਆਪਾਂ ਇੱਥੇ ਨਾ ਇਹ ਚੀਜ਼ ਹੋਵੇ ਆਪਾਂ ਇੱਥੇ ਧਿਆਨ ਰੱਖੀਏ ਵੀ ਆਪਣੀ ਇੱਥੇ ਪੋਲੀਟਿਸ਼ੀਨ ਕੀ ਕਰਦੇ ਆ ਪੰਜਾਬੀਆਂ ਨੂੰ ਇੱਥੇ ਸਾਡਾ ਇਹ ਸੰਦੇਸ਼ ਆ ਸਿਆਣਿਆਂ ਦਾ ਬਈ ਉੱਥੇ ਤੋਂ ਅਸੀਂ ਭੰਡਦੇ ਆਂ ਲੇਕਿਨ ਇੱਥੇ ਆਪਣ ਨੂੰ ਸੁਧਾਰ ਕਰਨਾ ਚਾਹੀਦਾ ਹੈ ਇੱਥੇ ਵੀ ਧਿਆਨ ਰੱਖਣਾ ਹਾਂ ਇੱਥੇ ਧਿਆਨ ਰੱਖਣਾ ਚਾਹੀਦਾ ਜੋ ਹੋ ਰਿਹਾ ਇਹ ਬਹੁਤ ਮਾੜਾ ਆ ਸਾਡੀ ਸੈਕ ਕਾਮ ਜਿਹੜੀ ਆ ਇਹ ਚੀਜ਼ ਦੇ ਵਿੱਚ ਬਦਨਾਮ ਹੋ ਰਹੀ ਆ ਸੋ ਬਿਲਕੁਲ ਜੀ ਸੋ ਬਜ਼ੁਰਗ ਵੀ ਕਹਿੰਦੇ ਆ ਆਪਾਂ ਉੱਥੇ ਵਾਲਿਆਂ ਨੂੰ ਕਹਿ ਦਿੰਨੇ ਇੱਥੇ ਦਾ ਵੀ ਧਿਆਨ ਰੱਖੀਏ ਉੱਥੇ ਪਤਾ ਨਹੀਂ ਸੁਧਾਰ ਹੋਣਾ ਕਿ ਨਹੀਂ ਹੋਣਾ ਪਰ ਜਿੱਥੇ ਰਹਿਨੇ ਆ ਉਹਨੂੰ ਸਾਫ਼ ਕਰਕੇ ਰੱਖ ਲਈਏ ਸੋ ਧੰਨਵਾਦ ਜੀ ਮਿਹਰਬਾਨੀ ਸਾਸ ਖਾਲਸਾ ਸਾਹਿਬ ਵੈਕ ਗੁੱਡ ਜੀ